हाँ जी गाइस, वेलकम बैक टू माय चैनल हरप्रीत ब्लॉग्स। आज दे ब्लॉग दे विच आपां गल करांगे बोया MM1 शॉटगन माइक दी, इहदी ऑडियो क्वालिटी दी, क्योंकि तुसीं वीडियो जिड्डी मर्जी वधिया बना लो, HD बना लो, फुल HD बना लो, ब्लर बना लो, चल जूगी, बट अगर उहदी साउंड क्वालिटी अच्छी नहीं ना होगी तो थोड़ी वीडियो नूं कोई नहीं देखूगा। सो एक वधिया वीडियो दे विच जिहड़ी साउंड क्वालिटी है ना, बहुत बड़ा रोल प्ले करती है। सो उही अज दी वीडियो दे विच आपां डिस्कस करांगे। पर वीडियो स्टार्ट करन तो पहला जिहड़ा नीचे रैड कलर दा सबसक्राइब बटन आ, पहला यार वही प्रेस कर दो, करता उस तो बाद नाल जिहड़ा लाइक बटन है वह भी प्रेस कर दो, तो उस तो बाद फिर तुसी फटाफट जाके इहदी अनबॉक्सिंग देख के आओ, फिर आपां मिलते हैं। ਇਹ ਹੈ ਜੀ ਆਪਣਾ ਅੱਜ ਦਾ ਮੇਨ ਪ੍ਰੋਡਕਟ ਜਿਹਦੀ ਆਪਾਂ ਅਨਬੋਕਸਿੰਗ ਕਰਨੀ ਹੈ, ਅਤੇ ਇਹ ਮੈਂ ਮੰਗਵਾਇਆ amazon.in ਤੋਂ। ਪੈਕਿੰਗ ਬਹੁਤ ਵਧੀਆ ਹੈ ਜੀ, ਅਤੇ ਫਟਾਫਟ ਹੁਣ ਆਪਾਂ ਇਹਨੂੰ ਅਨਬੋਕਸ ਕਰਦੇ ਹਾਂ ਅਤੇ ਦੇਖਦੇ ਹਾਂ ਇਹਦੇ ਵਿੱਚ ਕੀ ਆਇਆ। ਪੈਕਿੰਗ ਦੇ ਵਿੱਚੋਂ ਦੇਖੋ ਜੀ, ਫਸਟ ਚੀਜ਼ ਜਿਹੜੀ ਨਿਕਲੀ ਉਹ ਹੈਗਾ ਬੋਕਸ, ਅਤੇ ਸੈਕਿੰਡਲੀ ਚੀਜ਼ ਜਿਹੜੀ ਉਹ ਹੈਗੀ ਹੈ ਬਿੱਲ। ਬਿੱਲ ਨੂੰ ਆਪਾਂ ਸੰਭਾਲ ਕੇ ਰੱਖਦੇ ਹਾਂ, ਕਈ ਵਾਰੰਟੀ ਪਰਪਸਿਸ ਲਈ ਯੂਜ਼ ਕਰ ਸਕਦੇ ਹਾਂ। ਥਰਡ ਇਹ ਹੈ ਜੀ ਬੋਇਆ ਦਾ MM1 ਮਾਈਕ, ਸ਼ਾਟਗਨ ਮਾਈਕ, ਅਤੇ ਇਹਦੇ ਪਿੱਛੇ ਲਿਖੇ ਹੋਏ ਫੀਚਰਸ ਐਂਡ ਸਪੈਸੀਫਿਕੇਸ਼ਨ ਤੁਸੀਂ ਪੜ੍ਹ ਸਕਦੇ ਹੋ। ਅਤੇ ਹੁਣ ਇਹਨੂੰ ਆਪਾਂ ਬੋਕਸ ਨੂੰ ਖੋਲਦੇ ਹਾਂ ਅਤੇ ਬੋਕਸ ਦੇ ਵਿੱਚ ਦੇਖਦੇ ਹਾਂ ਕਿ ਨਾਲ ਕੀ ਕੀ ਆਇਆ। ਅਤੇ ਬੋਕਸ ਦੇ ਵਿੱਚ ਦੇਖੋ ਜੀ, ਇਸ ਤਰ੍ਹਾਂ ਪੈਕ ਹੋਇਆ ਹੋਇਆ, ਅਤੇ ਇਹਦੇ ਵਿੱਚੋਂ ਨਿਕਲਿਆ ਇੱਕ ਮਾਈਕ ਨਾਲ ਫਰ ਪੈਕਿੰਗ ਉਹਦੇ ਉੱਤੇ। ਇਹ ਹੈ ਜੀ ਮਾਊਂਟ ਸ਼ੂ, ਅਤੇ ਇਹ ਵਾਲੀ ਵਾਇਰ ਦੇ ਨਾਲ ਤੁਸੀਂ ਮੋਬਾਈਲ 'ਤੇ ਆਪਣਾ ਮਾਈਕ ਕਨੈਕਟ ਕਰ ਸਕਦੇ ਹੋ ਈਜ਼ਲੀ। ਅਤੇ ਸੈਕਿੰਡਲੀ ਜਿਹੜੀ ਇਹ ਵਾਇਰ ਹੈ, ਇਹਦੇ ਨਾਲ ਤੁਸੀਂ DSLR ਲੈਪਟਾਪ ਜਾਂ ਮਾਈਕ ਆਪਸ ਦੇ ਵਿੱਚ ਕਨੈਕਟ ਕਰਨਾ ਤਾਂ ਉਹ ਯੂਜ਼ ਹੋ ਸਕਦੀ ਹੈ। ਅਤੇ ਉਸ ਤੋਂ ਬਾਅਦ ਹੁਣ ਇੱਕ ਇੱਕ ਕਰਕੇ ਦੇਖਦੇ ਹਾਂ। ਇਹ ਹੈ ਜੀ ਮਾਈਕ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਨੈਕਸਟ ਇਹ ਹੈ ਜੀ ਵਾਇਰ ਜਿਹੜੀ ਕਿ ਮੋਬਾਈਲ ਨੂੰ ਕਨੈਕਟ ਕਰਨ ਲਈ, ਅਤੇ DSLR ਇਹ ਹੈ ਜੀ ਮਾਊਂਟ ਸ਼ੂ। ਅਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਆਪਾਂ ਨੂੰ ਇੱਕ ਮਿਲਿਆ ਕੈਰੀ ਬੈਗ, ਜਿਹਦੇ ਵਿੱਚ ਤੁਸੀਂ ਆਪਣਾ ਬੋਇਆ ਦਾ ਮਾਈਕ ਪਾ ਕੇ ਸੇਫਲੀ ਕਿਤੇ ਵੀ ਲਿਜਾ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੇ ਨਾਲ ਹੈ ਸਿਲੀਕਾ ਜੈਲ, ਜਿਹੜੀ ਕਿ ਸਮੈਲ ਵਗੈਰਾ ਲਈ ਕੰਟਰੋਲ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਅਤੇ ਆਪਾਂ ਹੁਣ ਫਟਾਫਟ ਜਿਹੜਾ ਹੈ ਮਾਈਕ ਨੂੰ ਫਰ ਤੋਂ ਅਲੱਗ ਕਰਦੇ ਹਾਂ। ਇਹ ਹੈ ਜੀ ਬੋਇਆ ਦਾ ਸ਼ਾਟਗਨ ਮਾਈਕ, ਸਾਈਜ਼ ਦੇਖੋ ਬਹੁਤ ਛੋਟਾ ਹੈ, ਅਤੇ ਫਰ ਜਿਹੜਾ ਇਹ ਨੋਇਸ ਕੰਟਰੋਲ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਅਤੇ ਆਲ ਓਵਰ ਸਾਰਾ ਪ੍ਰੋਡਕਟ ਬਹੁਤ ਹੀ ਵਧੀਆ। ਸੋ ਗਾਈਸ, ਇਹ ਸੀ ਬੋਇਆ MM1 ਦੀ ਅਨਬੋਕਸਿੰਗ, ਅਤੇ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਇਹਦਾ ਲਾਈਵ ਟੈਸਟ। ਅਤੇ ਇਸ ਟਾਈਮ ਜਿਹੜੀ ਤੁਸੀਂ ਵੋਇਸ ਸੁਣ ਰਹੇ ਹੋ, ਉਹ ਸੁਣ ਰਹੇ ਹੋ ਬੋਇਆ ਦੇ ਉੱਤੇ, MM1 ਦੇ ਉੱਤੇ ਜਿਹੜੀ ਵੋਇਸ ਆ ਉਹ ਸੁਣ ਰਹੇ ਹੋ। ਅਤੇ ਹੁਣ ਮੈਂ ਇਹਨੂੰ ਰਿਮੂਵ ਕਰੂੰਗਾ। ਸੋ ਗਾਈਸ, ਹੁਣ ਤੁਸੀਂ ਜਿਹੜੀ ਵੋਇਸ ਸੁਣ ਰਹੇ ਹੋ, ਸੁਣ ਰਹੇ ਹੋ ਰੈਡਮੀ ਨੋਟ 7 ਪ੍ਰੋ ਜਿਹੜਾ ਮੋਬਾਈਲ ਹੈਡਸੈਟ ਹੈ, ਇਹਦਾ ਜਿਹੜਾ ਆਡੀਓ ਹੈ ਉਹ ਸਿਰਫ ਤੁਸੀਂ ਉਹਦੀ ਆਡੀਓ ਸੁਣ ਰਹੇ ਹੋ, ਕੋਈ ਇਹਦੇ 'ਤੇ ਹੈਡਫੋਨ ਕੋਈ ਮਾਈਕ ਨਹੀਂ ਲੱਗਿਆ ਹੋਇਆ। ਅਤੇ ਮੇਰੀਆਂ ਜਿੰਨੀਆਂ ਵੀ ਜਿਹੜੀਆਂ ਪ੍ਰੀਵੀਅਸ ਵੀਡੀਓ ਸੀ ਉਹ ਸਾਰੀਆਂ ਡਾਇਰੈਕਟ ਬਿਨਾਂ ਮਾਈਕ ਤੋਂ ਸ਼ੂਟ ਹੋਈਆਂ। ਅਤੇ ਤੁਸੀਂ ਹੁਣ ਆਪਣੇ ਮੈਨੂੰ ਹੁਣ ਇਹਦੀ ਆਡੀਓ ਕੁਆਲਿਟੀ ਨਹੀਂ ਪਤਾ ਲੱਗੂ, ਜਦ ਮੈਂ ਇਹਦੀ ਐਡੀਟਿੰਗ ਕਰੂੰਗਾ ਫਿਰ ਮੈਨੂੰ ਉਦੋਂ ਪਤਾ ਲੱਗੇਗਾ। ਅਤੇ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦਿਖਾਉਂਦਾ ਆਪਣਾ ਨਿਊ ਸੈਟਅਪ, ਮੇਰਾ ਜਿਹੜਾ ਨਿਊ ਸੈਟਅਪ ਹੈ। ਸੋ ਗਾਈਸ, ਇਹ ਆ ਮੇਰਾ ਨਿਊ ਸੈਟਅਪ, ਅਤੇ ਮੇਰੇ ਕੋਲ ਰੈਡਮੀ ਦਾ ਟ੍ਰਾਈਪੋਡ, ਅਤੇ ਆਹ ਮੋਬਾਈਲ ਆ ਜੀ, ਮੋਬਾਈਲ ਦਾ ਇਹ ਮੋਬਾਈਲ ਆ ਰੈਡਮੀ ਨੋਟ 7 ਪ੍ਰੋ, ਅਤੇ ਉੱਪਰ ਲੱਗਿਆ ਹੋਇਆ ਬੋਇਆ ਦਾ ਮਾਈਕ। ਅਤੇ ਰੈਡਮੀ ਦਾ ਜਿਹੜਾ MI ਦਾ ਜਿਹੜਾ ਟ੍ਰਾਈਪੋਡ ਹੈ, ਇਹਨੂੰ ਤੁਸੀਂ ਜਿੱਦਾਂ ਮਰਜ਼ੀ ਸਾਈਜ਼, ਜਿੰਨਾ ਮਰਜ਼ੀ ਸਾਈਜ਼ ਵੱਡਾ ਕਰ ਸਕਦੇ ਹੋ, ਠੀਕ ਹੈ ਜੀ, ਇਹਨੂੰ ਰੱਖ ਸਕਦੇ ਹੋ ਆਰਾਮ ਨਾਲ। ਅਤੇ ਹੁਣ ਆਪਾਂ ਗੱਲ ਕਰੀ ਦੀ ਇਹਨਾਂ ਦੀ ਪ੍ਰਾਈਸ ਦੀ, ਰੈਡਮੀ ਦਾ ਜਿਹੜਾ MI ਹੈ ਇਹਦਾ ਟ੍ਰਾਈਪੋਡ ਦੀ ਪ੍ਰਾਈਸ ਹੈਗਾ ਹੈ, ਮਤਲਬ ਅਪਰੋਕਸੀਮੇਟਲੀ ਐਮਾਜ਼ੋਨ ਦੇ ਉੱਤੇ ਜਾਂ MI ਸਟੋਰ ਦੇ ਵਿੱਚ 1000 ਅਪਰੋਕਸ 1000 ਦੇ ਵਿੱਚ ਮਿਲ ਜਾਂਦਾ MI ਨੋਟ 7 ਪ੍ਰੋ, ਇਹ ਤੁਹਾਨੂੰ ਪਤਾ ਹੀ ਹੈ। ਅਤੇ ਬੋਇਆ ਮਾਈਕ ਹੈ ਜਿਹੜਾ ਉਹ 1600 to 1700 ਮਿਲ ਜਾਂਦਾ। ਅਤੇ ਇਸ ਤੋਂ ਬਾਅਦ ਗੱਲ ਆਉਂਦੀ ਇਹਨੂੰ ਚਿਪਕਾਉਣ ਦੀ, ਉੱਪਰ ਲਗਾਉਣ ਦੀ, ਕਿਉਂਕਿ ਜਿਹੜਾ MI ਦਾ ਟ੍ਰਾਈਪੋਡ ਹੈ ਉਹਦੇ ਉੱਤੇ ਮਾਊਂਟ ਸ਼ੂ ਨਹੀਂ ਹੈ, ਤਾਂ ਮੈਂ ਇਹਨੂੰ ਨੀਚੇ ਜਿਹੜੀਆਂ ਪਿਕਸ ਨੇ ਮੈਂ ਤੁਹਾਨੂੰ ਦਿਖਾਉਂਦਾ ਕਿ ਮੈਂ ਇਹਨੂੰ ਕਿੱਦਾਂ ਮਤਲਬ ਜਗਾੜ ਲਾ ਕੇ ਜੋ ਵੀ ਕੁਛ ਵੀ ਹੈ ਇਹਨੂੰ ਲਾ ਕੇ ਜਿਹੜਾ ਇਹ ਮਾਊਂਟ ਸ਼ੂ ਉੱਪਰ ਲਗਾ ਕੇ ਇਹਨੂੰ ਉੱਪਰ ਅਟੈਚ ਕੀਤਾ। ਤੁਸੀਂ ਉਹ ਦੇਖ ਸਕਦੇ ਹੋ, ਮੈਂ ਨੀਚੇ ਜਿਹੜੇ ਆਪਣੀਆਂ ਫੋਟੋਗ੍ਰਾਫਸ ਦਿਖਾ ਰਿਹਾ। ਅਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਆਊਟਡੋਰ ਜਾ ਕੇ ਜਿਹੜੀ ਬੋਇਆ ਮਾਈਕ ਦੀ ਟੈਸਟਿੰਗ ਕਰਦੇ ਹਾਂ, ਅਤੇ ਉਹਨੂੰ ਦੇਖਦੇ ਹਾਂ ਕਿ ਇਹਦੀ ਆਡੀਓ ਕੁਆਲਿਟੀ ਕਿੱਦਾਂ ਦੀ ਹੈ। ਸੋ ਗਾਈਸ, ਹੁਣ ਮੈਂ ਪਹੁੰਚ ਚੁੱਕਿਆ ਆਊਟਡੋਰ ਦੇ ਉੱਤੇ, ਅਤੇ ਜਿਹੜੀ ਵੋਇਸ ਤੁਸੀਂ ਸੁਣ ਰਹੇ ਹੋ, ਸੁਣ ਰਹੇ ਹੋ ਬੋਇਆ MM1 ਦੇ ਉੱਤੇ, ਅਤੇ ਹਵਾ ਕਾਫੀ ਤੇਜ਼ ਚੱਲ ਰਹੀ ਹੈ। ਨੋਇਸ ਜਿਹੜੀ ਹੈ ਮੈਨੂੰ ਨਹੀਂ ਪਤਾ ਹੈ ਉੱਪਰਲੀ ਜਿਹੜੀ ਨੋਇਸ ਕੰਟਰੋਲਰ ਹੈ ਇਹਦਾ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਮੈਨੂੰ ਉਦੋਂ ਹੀ ਪਤਾ ਲੱਗੂਗਾ ਜਦੋਂ ਮੈਂ ਇਹਦੀ ਐਡੀਟਿੰਗ ਕਰੂੰਗਾ। ਅਤੇ ਅਕੋਰਡਿੰਗ ਟੂ ਮੀ ਇਹਦੀ ਕਾਫੀ ਮਤਲਬ ਵਰਥਫੁੱਲ ਹੈ ਬੋਇਆ ਮਾਈਕ ਦਾ ਕੰਪੇਅਰ, ਜਦੋਂ ਮੈਂ ਪਹਿਲੀ ਵਾਰ ਕੀਤਾ ਸੀਗਾ ਤਾਂ ਮੈਨੂੰ ਕਾਫੀ ਵਰਥਫੁੱਲ ਲੱਗਿਆ। ਅਤੇ ਇਹ ਸੀ ਸਾਡਾ ਅੱਜ ਦਾ ਵਲੌਗ, ਅਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।